जिथे कि भी निगाह जाती है सिर्फ और सिर्फ पानी नज़र आ रहा, जिथे कि खेत खलिण सन, कि तूतों दावं सन, कि रुखा दावं सन, कि कच्चे पहे वगदे सी, घर सी लोगों के कच्चे पक्के घर भी पानी फिर पाया नज़र आ रहा। हर थान के उत्ते कंधा टप के पानी अंदर आ चुके है, घर सारे दे सारे पानी डुब चुके ने। थानू हर एक तस्वीर दिखाई है, पर इत्थे लोगों लई मददगार कौन साबित होगा? सरकार तो उम्मीद है, सरकार अपनी तौर दे उत्ते काम कर भी रही है, जिहड़े मंत्री साहिबान ने, जिहड़े MLA साहिबान ने, उन्हां वल्लों जाके पहुँच करके आपो अपने काम कीते भी जा रहे ने, पर बाकी दीआं संस्थावां भी लगातार इसे काम नूं आ रहीआं ने। जे गल करिए बाबा दीप सिंह ट्रस्ट दी, तो वो लगातार लगे हुए ने साडे नाल, भाई मनजीत सिंह तलवंडी मौजूद ने। भाई साहब पहला तो बहुत थोड़े ऋणी है कि तुसीं ये मुहिम चला रहे हो। हाँ जी, वाहिगुरू जी का खालसा, वाहिगुरू जी की फतेह। धन्यवाद वीर जी, बहुत बहुत। तुसीं कद दे लगे हो इत्थे, की कुछ हुण तक हो चुक्या, की कुछ तुसीं देखिया, एक बार जरा सारा दस्सो। हाँ जी वीर जी, सवेर तो जदों तो आए हाँ असीं, पानी का पद्धर बिल्कुल थले सीगा, देखते देखते आ पानी पिछली वार नालों भी बहुत ज़्यादा, जिहड़ा 19 च भी आया सी ना, सानू जदों आए सी लगा सी वी उत्तों घट आ पानी, पर जदों दे असीं देखते देखते आए हाँ आ बन जिहड़ा भी टप्पण नूं हो गया पानी, ते घरां दे विच पानी बड़िया होया, ते बाहरले पासे तां 20-20 फुट 15-15 फुट भी पानी आले दुआले खड़ा आ। ਤੁਸੀਂ ਸਵੇਰ ਦੇ ਕਿੰਨੇ ਕੁ ਵਾਰੀ ਗੇੜਾ ਮਾਰ ਚੁੱਕੇ ਭਲਾ? ਅਸੀਂ ਵੀਰ ਜੀ ਤਕਰੀਬਨ 8-9 ਵਾਰੀ, ਸਾਡੀ ਇੱਕ ਬੋਟ ਜਲ ਗਈ ਆ ਪਹਿਲਾਂ, ਅਤੇ ਉਹ ਤੋਂ ਬਾਅਦ ਜਿਹੜਾ ਹੁਣ ਦੂਜੀ ਬੋਟ ਮੰਗਵਾਈ ਆ, 4-5 ਗੇੜੇ ਉਹ ਲਾ ਚੁੱਕੀ ਆ। ਕਾਫੀ ਜਿਹੜੇ ਆ ਪਰਿਵਾਰ ਇੰਨੇ ਕੁ, ਅਤੇ ਆਹ ਜਿਹੜਾ ਏਰੀਆ 3-4 ਪਿੰਡ ਤੋਂ ਤਕਰੀਬਨ ਕਵਰ ਕੀਤੇ ਸਾਡੀ ਸੰਸਥਾ ਨੇ, ਬਾਕੀ ਹੁਣ ਕਰੀ ਜਾ ਰਹੇ ਹਾਂ, ਸ਼ਾਮ ਨੂੰ ਜਿਹੜਾ ਪ੍ਰਸ਼ਾਦਾ ਵੀ ਵਰਤਾਵਾਂਗੇ। ਤੁਸੀਂ ਪਹਿਲਾਂ ਵੀ ਹੋ ਕੇ ਆਏ ਹੋਗੇ ਵੱਖ ਵੱਖ ਥਾਵਾਂ 'ਤੇ, ਸੂਬੇ ਦੇ ਵੱਖ ਵੱਖ ਜਗ੍ਹਾ ਦੇ ਉੱਤੇ, ਅਤੇ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਜ਼ਿਆਦਾ ਤਬਾਹੀ ਦੇ ਮੰਜ਼ਰ ਹੈ? ਤਬਾਹੀ ਜੇ ਵੀਰ ਜੀ ਕਹੀਏ ਨਾ, ਤਾਂ ਨੁਕਸਾਨ ਤਾਂ ਤਕਰੀਬਨ ਹੋਇਆ ਸਾਰੀ ਫਸਲਾਂ ਦਾ ਬਹੁਤ ਹੋਇਆ। ਜੇ ਅਸਲ ਦੇ ਵਿੱਚ ਜੇ ਦੇਖਣਾ, ਨੁਕਸਾਨ ਸਭ ਤੋਂ ਵੱਡਾ ਜਿਹੜਾ ਆਹੀ ਏਰੀਏ 'ਚ ਹੋਇਆ। ਇੱਥੇ ਜਾਨ ਵੀ ਚਲੀ ਗਈ ਹੈ, ਇੱਕ ਰਾਤ ਇੱਕ ਮੁੰਡਾ ਜਿਹੜਾ ਉਹ ਰੁੜ ਗਿਆ ਪਾਣੀ ਦੇ ਵਿੱਚ, ਅਤੇ ਇੱਥੇ ਜਾਨ ਵੀ ਚਲ ਗਈ। ਇੱਥੇ ਬਾਕੀ ਜਿਹੜਾ ਮਾਲੀ ਨੁਕਸਾਨ ਆ, ਉਹ ਤੁਸੀਂ ਅੰਦਰ ਦੇਖੀਏ ਜੋ ਹਾਲਾਤ ਵੀਰ ਜੀ ਬਣੇ ਹੋਏ ਆ, ਕੁਝ ਲੋਕ ਕੋਠਿਆਂ 'ਤੇ ਬੈਠੇ ਹੋਏ ਆ, ਲੋਕ ਤਰ੍ਹਾਂ ਤਰ੍ਹਾਂ ਕਰ ਰਹੇ, ਲੋਕ ਪਾਣੀ ਨੂੰ ਤਰਸ ਰਹੇ, ਲੋਕ ਇੱਦਾਂ ਦੇ ਹਾਲਾਤ ਬਣੇ ਹੋਏ। ਮਨਜੀਤ ਸਿੰਘ ਜੀ, ਆਪਾਂ ਦੇਖ ਕੇ ਆਏ ਹਾਂ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਸੀ, ਲੋਕਾਂ ਨੇ ਕੰਧਾਂ ਦੇ ਉੱਤੇ ਆਪਣੇ ਛੱਤਾਂ ਦੇ ਉੱਤੇ ਲਾਇਆ ਸਾਰਾ ਸਾਜ਼ੋ ਸਮਾਨ, ਤੁਸੀਂ ਹੁਣ ਲੋਕਾਂ ਨੂੰ ਰੇਹ ਲਿਆ ਰਹੇ ਹੋ, ਅਗਾਂਹ ਲੋਕਾਂ ਲਈ ਕੀ, ਜਿਹੜੇ ਕਿਤੇ ਨਹੀਂ ਜਾਣ ਯੋਗੇ ਹੈਗੇ, ਉਹਨਾਂ ਲਈ ਕੀ ਪ੍ਰੋਗਰਾਮ ਬਣਾਇਆ? ਉਹਨਾਂ ਲਈ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਕੀਤਾ ਹੋਇਆ, ਕਿਤੇ ਸਰਾਵਾਂ ਦੇ ਵਿੱਚ ਉੱਥੇ ਕੀਤਾ, ਉੱਥੇ ਪਹੁੰਚਾਵਾਂਗੇ। ਬਾਕੀ ਹੁਣ ਪ੍ਰਸ਼ਾਦਾ ਪਾਣੀ ਅਸੀਂ ਤਿਆਰ ਕਰਵਾ ਰਹੇ ਹਾਂ, ਹੁਣ ਪਿੱਛੇ ਜਾ ਕੇ ਜਿਹਨਾਂ ਤੋਂ ਆ ਗਏ ਆ, ਪਰ ਕਈ ਲੋਕ ਘਰ ਛੱਡਣ ਨੂੰ ਨਹੀਂ ਤਿਆਰ ਹੈਗੇ, ਕਿਉਂਕਿ ਹੱਸਦਾ ਬੱਸਦਾ ਘਰ ਸਮਾਨ ਪਿਆ ਘਰਾਂ ਦੇ ਵਿੱਚ, ਉਹ ਕੱਢਣਾ ਬੜਾ ਯਕਦਮ ਔਖਾ, ਅਤੇ ਉਹਨਾਂ ਲਈ ਪ੍ਰਸ਼ਾਦਾ ਜਿਹੜਾ ਅਸੀਂ ਉੱਥੇ ਪਹੁੰਚਾਵਾਂਗੇ। ਹਾਂਜੀ, ਬਹੁਤ ਸ਼ੁਕਰੀਆ, ਬਹੁਤ ਤੁਹਾਡਾ ਧੰਨਵਾਦ ਵੀਰ ਜੀ, ਧੰਨਵਾਦ। ਅਤੇ ਬਿਲਕੁਲ ਇਹੋ ਜਿਹੀਆਂ ਸੇਵਾਵਾਂ ਜਿਹੜੀਆਂ ਨੇ ਉਹ ਵੱਖ ਵੱਖ ਸੰਸਥਾਵਾਂ ਵੱਲੋਂ ਕੀਤੀਆਂ ਵੀ ਜਾ ਰਹੀਆਂ ਨੇ, ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਰਕਾਰ ਤੋਂ ਅਲੈਦਾ ਲੋਕ ਆਪਣੇ ਆਪ ਉੱਠ ਕੇ, ਸੰਸਥਾਵਾਂ ਆਪਣੇ ਆਪ ਉੱਠ ਕੇ ਇਹੋ ਜਿਹੇ ਕਾਰਜ ਕਰ ਰਹੀਆਂ ਨੇ। ਜਿੰਨਾ ਡੂੰਘਾ ਪਾਣੀ ਹੈ, ਇੱਕ ਆਦਮੀ ਇਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਖੜੋ ਵੀ ਨਹੀਂ ਸਕਦਾ, ਉਸ ਪਾਣੀ ਦੇ ਵਿੱਚ ਕਿਸ਼ਤੀਆਂ ਉਤਾਰਨੀਆਂ, ਕਿਸ਼ਤੀਆਂ ਉਤਾਰ ਕੇ ਲੋਕਾਂ ਤੱਕ ਪਹੁੰਚਣਾ ਔਰ ਲੋਕਾਂ ਕੋਲ ਪਹੁੰਚ ਕੇ ਉਹਨਾਂ ਨੂੰ ਕਿਸ਼ਤੀਆਂ 'ਚ ਪਾ ਕੇ ਵਾਪਸ ਲੈ ਕੇ ਆਉਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਹਾਲਾਤ ਇੰਨੇ ਦੁਰਬਰ ਹੋ ਰੱਖੇ ਨੇ ਕਿ ਡੰਗਰ ਵੱਛੇ ਉਸੇ ਤਰ੍ਹਾਂ ਘਰਾਂ ਦੇ ਅੰਦਰ ਮੌਜੂਦ ਨੇ, ਉਹਨਾਂ ਨੂੰ ਕਿਤੇ ਲਿਜਾਣ ਦੀ ਕੋਈ ਹੀਲਾ ਹੈ ਨਹੀਂ ਗਾ, ਉਸੇ ਤਰ੍ਹਾਂ ਡੰਗਰ ਪਾਣੀ 'ਚ ਡੁੱਬੇ ਹੋਏ ਨੇ। ਇੱਥੇ ਇਸ ਪਿੰਡ 'ਚ ਜਿੱਥੇ ਮੌਜੂਦ ਆ ਉੱਥੇ ਮੌਤ ਵੀ ਹੋ ਚੁੱਕੀ ਹੈ ਔਰ ਹਾਲਾਤ ਇੱਕਦਮ ਹੀ ਇਸ ਤਰ੍ਹਾਂ ਬਣ ਗਏ ਕਿ ਅਚਾਨਕ ਪਾਣੀ ਆਉਂਦਾ, ਅਚਾਨਕ ਪਾਣੀ ਦਾਖਲ ਹੁੰਦਾ ਔਰ ਜੋ ਹੱਸਦਾ ਵੱਸਦਾ ਇੱਕ ਖੇਤ ਖਲਿਆਣ ਹੁੰਦੇ ਨੇ, ਲੋਕਾਂ ਦੇ ਹੱਸਦੇ ਵੱਸਦੇ ਪਰਿਵਾਰ ਹੁੰਦੇ ਨੇ ਆਪੋ ਆਪਣੇ ਘਰਾਂ ਦੇ ਵਿੱਚ, ਉਹ ਸਾਰੇ ਪਾਣੀ 'ਚ ਡੁੱਬ ਕੇ, ਪਾਣੀ 'ਚ ਰੁੜ ਕੇ ਇੱਕ ਵਾਰ ਤਾਂ ਗਾਇਬ ਹੋ ਗਏ ਨੇ ਪਾਣੀ ਦੇ ਇਸ ਸੈਲਾਬ ਦੇ ਵਿੱਚ, ਜਿਸਨੇ ਦੁਆਬੇ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਸਿਰਫ ਦੁਆਬੇ ਨੂੰ ਨਹੀਂ, ਪੂਰੇ ਪੰਜਾਬ ਨੂੰ, ਪਰ ਇਹ ਹਾਲਾਤ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਦੁਆਬੇ ਦੇ, ਖਾਸ ਕਰਕੇ ਲੋਹੀਆਂ ਦੇ ਨਜ਼ਦੀਕ ਪਿੰਡ ਹੈਗਾ, ਉਹਦੇ ਹਾਲਾਤ ਤੁਹਾਨੂੰ ਦਿਖਾਉਂਦੇ ਪਏ। ਮੇਰੇ ਨਾਲ ਕੈਮਰਾਮੈਨ ਅਵੀ ਅਤੇ ਮੈਂ ਸਾਹਿਬ ਸਿੰਘ, ਤੁਹਾਡੇ ਤੋਂ ਇਜਾਜ਼ਤ ਚਾਹੁੰਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।